ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਕੜਕਾਈ ਸਾਹਿਬ ਦਾ ਮੈਂਬਰ ਵੀ ਜਿਹੜਾ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਮਸਲਾ ਇਹ ਹੈ ਜੀ ਇਹਨਾਂ ਮਤਲਬ ਸਰਪੰਚ ਨੇ ਆਪਣੇ ਦੇ ਕਾਲੀ ਦਲ ਤੇ ਅਲਿਗੇਸ਼ਨ ਲਾਏ ਆ ਵੀ ਨਸੀਬ ਚੰਦ ਤੋਂ ਬਾਅਦ ਜੇ 95 ਤੋਂ ਬਾਅਦ ਕੋਈ ਕੰਮ ਹੋਇਆ ਤੇ ਮੈਂ ਕਰਾਇਆ ਪਿੰਡ 'ਚ ਪਰ ਮੈਂ ਸੁਮਣੀ ਕਾਲੀ ਦਲ ਦਾ ਸੇਵਕ ਹੋਣ ਦੇ ਨਾਂ ਤੇ ਮੈਂ ਇੱਕ ਦੱਸਣਾ ਚਾਹਣਾ ਵੀ ਜਿੰਨੇ ਸੁਮਣੀ ਕਾਲੀ ਦਲ ਨੇ ਪਿੰਡ ਕੜਕਾ 'ਚ ਕੰਮ ਕਰਾਏ ਬ੍ਰਹਮਪੁਰੇ ਦੀ ਗਵਾਈ 'ਚ ਇਹ ਭਾਈ ਕਾਲੂ ਸਾਹੜ ਤੋਂ ਰਸਤਾ ਜਿਹੜਾ ਵਾ ਪਾਈ ਕਾਲ ਸਾਈਡ ਤੋਂ ਇੱਕ ਸਰਦਾਰ ਅਰਜਿੰਦਰ ਸਿੰਘ ਦੋਦੀ ਦਾ ਰਸਤਾ ਗਿਆਨ ਸਿੰਘ ਦਾ ਰਸਤਾ ਜਗਜੀਤ ਸਿੰਘ ਬੁੱਧ ਸਿੰਘ ਦਾ ਰਸਤਾ ਇੱਕ ਸਰਦਾਰ ਜਹੇਦਾਰ ਤਾਰਾ ਸਿੰਘ ਦਾ ਰਸਤਾ ਜੋਨੇ ਗਿਆ ਦਾ ਰਸਤਾ ਇੱਕ ਗਾੜੀ ਸਰਦਾਰ ਗਰਦਿਆਲ ਸਿੰਘ ਦਾ ਰਸਤਾ ਖੁਦ ਸਰਪੰਚ ਦਾ ਰਸਤਾ ਜਿਹੜਾ ਉਹ ਵੀ ਸੋਮਨੀ ਕਾਲੀ ਦਲ ਦੇ ਵੇਲੇ ਸਰਦਾਰ ਕਪੂਰ ਸਿੰਘ ਸਰਪੰਚ ਨੇ ਬਣਾਇਆ ਹੋਂ ਚੋਲੇ ਵਾਲੀ ਸਾਈਡ ਤੋਂ ਲੈ ਲੀਏ ਸਰਦਾਰ ਬਲਕਾਰ ਸਿੰਘ ਦਾ ਰਸਤਾ ਸਰਦਾਰ ਅਵਤਾਰ ਸਿੰਘ ਪ੍ਰਧਾਨ ਦਾ ਰਸਤਾ ਸਕਤੀ ਬਲਵੰਤ ਦਾ ਰਸਤਾ ਲੋਕਿਆਂ ਦਾ ਰਸਤਾ ਸਰਦਾਰ ਗੁਰਦੇਵ ਸਿੰਘ ਜ਼ਗੀਰਦਾਰ ਦਾ ਰਸਤਾ ਫਿਰ ਗਾੜੀ ਆਜੋ ਤੁਸੀਂ ਰਤੋਕੇ ਵਾਲੀ ਸਾਈਡ ਤੋਂ ਸਰਦਾਰ ਪ੍ਰਤਾਪ ਸਿੰਘ ਦਾ ਰਸਤਾ ਸੁਰਜਨ ਸਿੰਘ ਦਾ ਰਸਤਾ ਹੋਰ ਮਤਲਬ ਸਰ ਇੱਕ ਗਾੜੀ ਆਜੋ ਤੁਸੀਂ ਬਚਿੱਤਰ ਸਿੰਘ ਦਾ ਰਸਤਾ ਕਸ਼ਮੀਰ ਸਿੰਘ ਜਰਮਨੀਆ ਦਾ ਰਸਤਾ ਜਰਮਨੀਆ ਦੇ ਸਾਰੇ ਰਸਤੇ ਪਿਆਰਾ ਸਿੰਘ ਕੂਕੇ ਦਾ ਰਸਤਾ ਇਧਰ ਕਰਮੂ ਵਾਲੇ ਵਾਲੇ ਸਾਈਡ ਤੋਂ ਸਰਦਾਰ ਬਖਸੀਸ ਸਿੰਘ ਦਾ ਰਸਤਾ ਤੇ ਇਧਰ ਆਤਮਾ ਸਿੰਘ ਦਾ ਰਸਤਾ ਇਧਰ ਗੁੱਜਰਪੁਰ ਵਾਲੀ ਸਾਈਡ ਖੋਦ ਸਾਡੇ ਘਰ ਨੂੰ 16 ਕਿਲੇ ਰਸਤਾ ਜਗਜੀਤ ਸਿੰਘ ਦੇ ਜੀਤੇ ਸਰਦਾਰ ਗੱਜਨ ਸਿੰਘ ਸਰਦਾਰ ਸਵਰਨ ਸਿੰਘ ਦਾ ਮਤਲਬ ਘਰ ਪੈਂਦਾ ਵਾ ਫਿਰ ਪਿੰਡ ਦੇ ਵਿੱਚ ਐਸੀ ਧਰ ਮਸਾਲਾ ਦੂ ਬਣੀਆਂ ਵਾ ਜਿਹੜੀ 1997 ਤੋਂ ਸ਼ੁਰੂਆਤ ਹੋਈ ਸੀ ਤੇ ਉਹਦੇ ਵਿੱਚ ਦੁਆ ਦੇ ਦਰਬਾਰ ਬਣੇ ਉਹਨਾਂ ਦੇ ਦੁਆ ਐਸੀ ਤਰ ਮਸਾਲਾ ਚ ਦੁਆ ਤੇ ਲੰਗਰਾਲ ਬਣੇ ਆ ਪਲਸਟਰ ਹੋਈਆਂ ਵਾ ਵਾਇਰਿੰਗ ਦਾ ਕੰਮ ਕਰਾਇਆ ਵਾ ਥੱਲੇ ਟਾਇਲ ਲਵਾਈ ਆ ਸਾਰਾ ਕੰਮ ਸੋਮਨੀ ਕਾਲੀ ਦਲ ਦੇ ਜਿਹੜਾ ਵੀ ਸਰਪੰਚ ਆਇਆ ਵਾ ਉਹਨੇ ਸਿੱਕ ਸੱਚਾ ਸੇਵਕ ਬਣ ਕੇ ਮਤਲਬ ਕੀਤਾ ਵਾ ਆਪਨੇ ਐਲੀਕੇਸ਼ਨ ਲਾਏ ਆ ਵੀ ਜਗਜੀਤ ਸਿੰਘ ਜਬਰੀ ਕਬਜ਼ਾ ਕਰਦਾ ਥਾ ਤੇ ਉਹਦੇ ਵਿੱਚ ਦੱਸਣਾ ਚਾਹੁੰਦੇ ਆ ਵੀ 1997 ਦੇ ਵਿੱਚ ਆ ਵੇਖੋ ਤਰਸ ਦੇ ਆਧਾਰ ਤੇ 4 ਮਰਲੇ ਜਗ੍ਹਾ ਦਿੱਤੀ ਗਈ ਆ ਸਰਦਾਰ ਕਸ਼ਮੀਰ ਸਿੰਘ ਨੂੰ ਉਹਦੇ ਬਾਬਤਾ ਕੋਟ ਦੇ ਵਿੱਚ ਅਸੀਂ ਗਵਾਹੀ ਵੀ ਦਿੱਤੀ ਆ ਵੀ ਹਾਂ 4 ਮਰਲੇ ਅਸੀਂ ਮਤਲਬ ਉਹਨੂੰ ਜਗ੍ਹਾ ਦਿੱਤੀ ਆ ਤੇ ਉਹਦੇ ਵਿੱਚ ਇਹ 4 ਮਰਲਿਆਂ ਨੂੰ ਪਾਸੇ ਰੱਖ ਕੇ ਬਾਕੀ ਜਿੱਥੇ ਕੋਠੀਆਂ ਪਈਆਂ ਉਹਨਾਂ 4 ਮਰਲੇ ਜਗ੍ਹਾ ਕਿੰਨਾ ਵੱਲੋਂ ਦਿੱਤੀ ਗਈ ਹੈ ਜੀ ਸਰਦਾਰ ਜਗਜੀਤ ਸਿੰਘ ਸਾਹਿਬ ਸਰਪੰਚ ਵੱਲੋਂ ਪੰਚਾਇਤ ਵੱਲੋਂ ਪੰਚਾਇਤ ਵੱਲੋਂ ਹਾਂ ਜੀ ਇਹ ਮਤਾ ਪਾ ਕੇ ਦਿੱਤੀ ਹਾਂ ਜੀ ਮਤਾ ਪਾ ਕੇ ਦਿੱਤੀ ਗਈ ਆ ਮਤੇ ਦੀ ਕਾਪੀ ਆ ਆ ਜੀ ਤੇ ਆ ਜਿਹੜਾ ਆਪਾਂ ਕੋਟ ਦੇ ਵਿੱਚ ਵੀ ਅਸੀਂ ਮਤਲਬ ਕੇਸ ਚੱਲਦਾ ਸੀ ਉਹਦੇ ਵਿੱਚ ਵੀ ਗਵਾਹੀ ਦੇ ਗਿਆ ਇਹ ਸਰਦਾਰ ਜਗਜੀਤ ਸਿੰਘ ਪੀ ਇਹ ਮਤਲਬ ਜਿਹੜਾ ਅਸੀਂ ਜਗਾ ਦਿੱਤੀ ਚਾਰ ਮਰਲੇ ਤੇ ਵੇਖੋ ਜਿੱਥੇ ਕੋਠੀਆਂ ਪਈਆਂ ਉਹਨਾਂ ਚੀਜ਼ਾਂ ਨੂੰ ਪਾਸੇ ਰੱਖ ਕੇ ਉਹ ਚੌ ਮਰਲਿਆਂ ਨੂੰ ਇੱਕ ਵੋਟਾਂ ਦੇ ਆਧਾਰ ਬਣਾ ਕੇ ਇੱਕ ਉਹਨਾਂ ਦੇ ਮਤਲਬ ਤੱਕਾ ਕੀਤਾ ਜਾ ਰਿਹਾ ਜਿਹਦੇ ਵਿੱਚ ਸਰਦਾਰ ਜਗਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਦੀ ਡੈਥ ਵੀ ਹੋ ਚੁੱਕੀ ਆ ਤੇ ਜੋ ਇਹਨਾਂ ਨਾਲ ਇਹਨਾਂ ਦੇ ਉੱਤੇ 302 ਦਾ ਪਰਚਾ ਦਰਜ ਹੋਇਆ ਵਾ ਮੇਰਾ ਨਾਮ ਜੀ ਹਰਜਿੰਦਰ ਸਿੰਘ ਬਾਲ ਠੀਕ ਕੀ ਮਸਲਾ ਕਰੀ ਆਪਣੇ ਮਸਲਾ ਇਹ ਆ ਜੀ ਜਿਹੜਾ ਸਰਪੰਚ ਵਾ ਮਨਦੀਪ ਸਿੰਘ ਉਹਨੇ ਮਤਲਬ ਅਹੀਂ ਜੇਮਲ ਸਰਕਾਰ ਕਾਲੀ ਸਰਕਾਰ ਨੇ ਬਣਾਇਆ ਸੀ ਉਸਮਾਨਸਾਰਾ ਉਹਨਾਂ ਨੇ ਮਲਵਾਵ ਦੇ ਚੇਤਿਆਂ ਨੂੰ ਦੇਦਾ ਘਰੋ ਘਰੀ ਖੜਨੂ ਉਹ ਉਹ ਪਤਾ ਨਹੀਂ ਸਾਨੂੰ ਕਿੱਥੇ ਆ ਉਹਨਾਂ ਦੀਆਂ ਵੀਡੀਓ ਬਣੀਆਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਉਹ ਪਰਬੇ ਤੇ ਤੇ ਜੋ ਵੀ ਇਹਨੇ ਆਂਦਾ ਮੈਂ ਬਹੁਤ ਕੰਮ ਕਰਾਇਆ ਵਾ ਇਹ ਸਾਰੇ ਪਿੰਡ ਦੀਆਂ ਗਲੀਆਂ ਜਿਹੜੀਆਂ ਪਹਿਲਾਂ ਪੱਕੀਆਂ ਸੀ ਉਹਦੇ ਇੰਟਰਲੌਕ ਲਵਾਈ ਆ ਤੇ ਸੀਵਰੇਜ ਪਾਇਆ ਸੀਵਰੇਜ ਦਾ ਸਾਰਾ ਗੰਦਾ ਪਾਣੀ ਬਿਆਸ ਦਰਿਆ ਦੇ ਵਿੱਚ ਪਾਤਾ ਉਹ ਜਿਹੜੀ ਪਹਿਲੀ ਈਟ ਲੱਗੀ ਸੀ ਉਹ ਪੁੱਟ-ਪੁੱਟ ਕੇ ਲੋਕਾਂ ਦੇ ਰਾਹ ਜਿਹੜੇ ਕੋਈ 10% ਰਹਿੰਦੇ ਸੀ ਉਹਨਾਂ ਜਲਾਤੀ ਆ ਇੱਕ ਬਖਸ਼ੀ ਸਿੰਘ ਦੇ ਘਰ ਨੂੰ ਰਾਹ ਜਾਂਦਾ ਸੀ 1.5 ਕਿਲੋਮੀਟਰ ਦਾ ਉੱਥੇ ਬ੍ਰਹਮਪੁਰਾ ਸਾਹਿਬ ਨੇ ਈਟ ਲਵਾਈ ਹੋਈ ਸੜਕ ਪੱਕੀ ਹੋ ਗਈ ਆ ਉਹ ਸਾਰੀ ਈਟ ਇਹਨਾਂ ਨੇ ਪੁੱਟ ਕੇ ਤੇ ਨਵੇਂ ਰਾਹਾਂ ਤੇ ਲਾਤੀ ਆ ਤੇ ਉਹੋ ਹੀ ਪਾਸ ਕਰਾਤੀ ਆ ਤੇ ਉਹ ਪੈਸੇ 'ਚ ਬਹੁਤ ਘਪਲਾ ਕੀਤਾ ਉਹਨਾਂ ਨੇ ਪੁਰਾਣੀ ਈਟ ਲਵਾ ਲਵਾ ਕੇ ਰਾਹ ਪੱਕੇ ਕਰਾਏ ਸਾਰੇ ਜੀ ਪਰ ਦੇਖਿਆ ਜੇ ਛੱਪੜ ਦਾ ਜਿਹੜਾ ਪਾਣੀ ਦਸ ਰਿਹਾ ਤੁਸੀਂ ਦਰਿਆ ਬਿਆਸ ਦੇ ਵਿੱਚ ਪਿਆ ਉਹ ਤੇ ਦੱਸਦੇ ਆ ਕਿ ਪੰਚਾਇਤੀ ਪਾੜੀ ਦੇ ਵਿੱਚ ਪਾਇਆ ਗਿਆ ਕੋਈ ਪਿੰਡ ਦੀ ਪੰਚਾਇਤੀ ਕੋਈ ਪੰਚਾਇਤੀ ਜ਼ਮੀਨ ਨਹੀਂ ਜੀ ਉੱਥੇ ਉਹ ਮੰਨ ਲਓ ਪੰਚਾਇਤੀ ਜ਼ਮੀਨ ਵੀ ਥੋੜੀ ਬਹੁਤੀ ਕਦੇ ਹੋ ਸਕਦੀ ਆ ਪਰ ਉਹ ਸਿੱਧਾ ਪਾਣੀ ਜਿਹੜਾ ਵਾ ਦਰਿਆ ਚ ਜਾ ਰਿਹਾ ਜੀ ਨਹੀਂ ਦਰਿਆ ਦੀ ਸਾਖ ਆਇ ਕਰ ਦਰਿਆ ਦੀ ਉਹਦੇ ਵੇਜਦੀ ਪੋਰੇ ਪਾ ਕੇ ਰਾਹੋਂ ਉਤੋਂ ਦੀ ਲੰਘਦਾ ਉਹਦੇ ਪੋਰੇ ਪਾ ਕੇ ਸਿੱਧਾ ਦਰਿਆ 'ਚ ਰਲਦਾ ਪਾਣੀ ਉਹ ਕੋਈ ਪੰਚਾਇਤੀ ਪਾੜੀ ਨਹੀਂ ਉੱਥੇ ਪੰਚਾਇਤੀ ਪਾੜੀ ਉਥੋਂ ਹਟਣੀ ਆ ਜੀ ਸਾਹਿਬ ਦਾ ਸਪੈਚ ਹੋ ਜਾ ਗੁਰ ਸਿੰਘ ਪਿੰਡ ਪੈਂਟ ਘਟਕਾ ਜੀ ਤੇ ਕੀ ਮਸਲਾ ਜੀ ਅੱਜ ਮਸਲਾ ਇਹ ਹੈ ਜੀ ਕਿ ਇਹ ਕਹਿੰਦੇ ਵੀ ਕਾਲੀ ਸਰਕਾਰ ਨੇ ਕੁਝ ਕਰੀ ਤਾ ਨਹੀਂ ਬਣਾ ਨਹੀਂ ਜੇ ਕਾਂਗਰਸਾਂ ਨੇ ਜੋ ਕੁਝ ਬਣਾਉਂਦੇ ਅੰਦਰ ਵਾ ਵਾ ਕੀਤੀ ਆ ਮੈਂ ਦੱਸਣਾ ਚਾਹੁੰਦਾ ਵੀ ਜੋ ਕੁਝ ਕੀਤਾ ਬ੍ਰਹਮਪਰਾ ਸਾਹਿਬ ਕੇ ਮੇਨ ਮੰਤਰੀ ਸੀ ਤੇ ਸਾਡੇ 1400 ਏਕੜ ਜਮੀਨਾਂ ਮੰਡ ਦੇ ਵਿੱਚ ਜਿਹੜਾ ਹਰ ਸਾਲ ਖਰਾਬ ਹੋ ਜਾਂਦਾ ਕੁਝ ਨਹੀਂ ਮਿਲਦਾ ਬ੍ਰਹਮਪਰਾ ਸਾਹਿਬ ਨੇ ਸਾਨੂੰ ਤਿੰਨ ਵਾਰ 10000 ਰੁਪਿਆ ਕਿਲੇ ਦਾ ਕਾਰ ਖਰਾਬ ਹੋਇਆ ਫਿਰ ਸਾਡੀ ਜ਼ਮੀਨ ਸੀ ਪਾ ਜਿੰਦਰਨਾਮ ਬਾੜ ਜਿਆ ਆਉਣ ਜਾਣ ਦਾ ਬੜਾ ਤੁਹਾਡੀ ਮੁੱਛਲ ਸੀ ਅਹੀਂ ਬਰਾਤ ਸਾਹਿਬ ਨੇ ਕਿਹਾ ਵੀ ਸਾਨੂੰ ਬੇੜਾ ਦੇ ਉਹਨਾਂ ਨੇ 5 ਲੱਖ ਰੁਪਈਆ ਪਹਿਲਾਂ ਦਿੱਤਾ ਸਾਨੂੰ ਜਗਦੀਸ਼ ਸਿੰਘ ਸਰਪੰਚ ਸੀ ਅਹੀਂ ਬੇੜਾ ਬਣਾ ਕੇ ਤੇ ਪਿੰਡ ਨੂੰ ਦਿੱਤਾ ਫਿਰ ਉਹ ਟੁੱਟ ਗਿਆ ਫਿਰ ਉਹਨਾਂ ਕਿਹਾ ਬਣਾ ਪਿੰਡ ਸਾਹਿਬ ਦੇ ਪੈਸੇ ਹੋਰ ਦੇ ਉਹਨਾਂ 5 ਲੱਖ ਫੇਰ ਦਿੱਤਾ ਫਿਰ ਉਹ ਅਹੀਂ ਬਣਾ ਕੇ ਦੁਬਾਰਾ ਫੇਰ ਦੁਬਾਰਾ ਤੇ ਇੱਕ ਇਹਦਾ ਕੋਟ ਐਟੋ ਭਰਾ ਜਿਹੜਾ ਡਪਈ ਦੇ ਵਿੱਚ ਆ ਉਹ ਨਰੇਗਾ ਦੇ ਵਿੱਚ ਉਹਦੇ ਵੀ 2 ਜੋਬ ਕਾਰਡ ਬਣੇ ਆ ਉਨੂੰ ਵੀ ਵਿੱਚ ਪਾਇਆ ਗਿਆ ਇੱਕ ਇਹਦਾ ਦਾਦਾ ਮੱਖਣ ਸਿੰਘ ਉਹ ਮਰੇ ਨੂੰ 50-60 ਸਾਲ ਹੋ ਗਿਆ ਉਹ ਉਹਦੇ ਵੀ ਦੋ ਤਿੰਨ ਜੋਬਗੜ ਬਣੇ ਆ ਜਿਹੜੇ ਘਰ ਦੇ ਪਰਿਵਾਰ ਦੇ ਜੋਬਗੜ ਬਣਾ ਗਏ ਆਪਦਾ ਹੀ ਐਡਮ ਲੈ ਕੇ ਤੇ ਉਹਨਾਂ ਦੇ ਖਾਤੇ ਨੂੰ ਆ ਵੀ ਪਾਇਏ ਇੱਕ ਡਾ ਲੈਂਦਾ ਰਿਹਾ ਤੇ ਆ ਵੀ ਪਾ ਲੈਂਦਾ ਦੇ ਰਹੇ ਨੇ ਰਾਹ ਤੇ ਜਿਹੜੇ ਕੰਮ ਕਰਦੇ ਆਇਤੋਂ 2-3 ਸਾਲ ਪਹਿਲਾਂ ਕਿਸੇ ਨੂੰ ਪੈਸਾ ਨਹੀਂ ਮਿਲਿਆ ਜਿੰਨਾਂ ਵਿਚਾਰੀਆਂ ਜਨਾਨੀਆਂ ਤੇ ਰੋਂਦੀਆਂ ਇਹ ਮੈਦ ਲੈ ਕੇ ਉਹਨਾਂ ਨੂੰ ਵਿਜੀਲੈਂਸ ਦਫ਼ਤਰੇ ਗਿਆ ਉੱਤੇ ਸਾਰੀਆਂ ਐਫਟੀ ਦੇਦੇ ਆਈਆਂ ਵੀ 19 ਤੋਂ ਲੈ ਕੇ ਅਸੀਂ ਇੰਨਾ ਕਰ ਕੰਮ ਕੀਤਾ ਸਾਨੂੰ ਇੱਕ ਵੀ ਢਹਾੜੀ ਦੇ ਪੈਸੇ ਨਹੀਂ ਮਿਲੇ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਰਹੇ ਪ੍ਰਸ਼ਾਸਨ ਇਹ ਮੰਨ ਕਰਦੇ ਆ ਇੱਕ ਦਿਨ ਥੱਪੜ ਜਿਹੜਾ ਯੂਨੀਅਨ ਸਸਪੈਂਡ ਕਾਰਡ ਲਾ ਕੇ ਬਣਾਇਆ ਉਹ ਵੇਖੇ ਉਹ ਕਾਗਜ਼ਾਂ 'ਚ ਬਣਿਆ ਉਤਰ ਥੱਪੜੀ ਨਹੀਂ ਜਿਥੇ ਤਾਂ ਦਿਖਾਇਆ ਉਹ ਲੋਕਾਂ ਦੀ ਮਾਲਕੀ ਪੈਲੀ ਆ ਥੱਪੜ ਕੋਈ ਨਹੀਂ ਬਣਿਆ ਐਂ ਇਹਨਾਂ ਅਧਿਕਾਰੀ ਤੋਂ ਮੰਗ ਕਰਦੇ ਹੋ ਵੱਡੇ ਤੋਂ ਵੱਡਾ ਅਫਸਰਾਂਨ ਕੀਤੇ ਮੋਕਾ ਵੇਖੇ ਵੀ ਇਥੇ ਕਿੱਥੇ ਥੱਪੜ ਬਣਿਆ ਗਿਆ ਕਿਹੜਾ ਬਿਆਸਦਰਾ ਦੇ ਪਾਣੀ ਪਾਤਾ ਸਾਰਾ ਪਾਣੀ ਪੈਂਦਾ ਵੀ ਦੇਣ ਦਿਆ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਦੇ ਤੇ ਸਰਪੰਚ ਸਾਹਿਬ ਜਿਹੜੇ ਸਰਪੰਚਾਂ ਨੂੰ ਅਪਲੀਕੇਸ਼ਨ ਲਾਇਆ ਗਿਆ ਕਿ ਪਹਿਲੀਆਂ ਸਰਕਾਰਾਂ ਵੱਲੋਂ ਕੁਝ ਨਹੀਂ ਬਣਾਇਆ ਗਿਆ ਉਸ ਬਾਰੇ ਤੁਹਾਡਾ ਕੀ ਜਵਾਬ ਨਹੀਂ ਕਾਲੀ ਦਲ ਦੀ ਸਰਕਾਰ ਦੇ ਵਿੱਚ ਬਰਮਪਰਾ ਨੇ ਬਹੁਤ ਸਾਨੂੰ ਪੈਸੇ ਦਿੱਤੇ ਤੇ ਅਸੀਂ 90% ਅਸੀਂ ਸਾਰੀਆਂ ਛੜਕਾਂ ਜਿਹੜੀਆਂ ਕਰਨ ਜਾਂਦੀਆਂ 90% ਬਣਾਈਆਂ ਤੇ ਇਹ ਝੂਠੀ ਸਾਡੇ ਤੇ ਗੋਮਤ ਲਾਉਂਦਾ ਕੋਈ ਆ ਕੇ ਨੌਕਰੀ ਕੀਤੀ ਜਾਵੇ ਕੋਈ ਛੜਕਾਂ ਜਿੰਨੀਆਂ ਬਣਾਈਆਂ ਨੇ ਬਹੁਤ ਧੱਕਾ ਹਰ ਨਾਮ ਪਿੰਡ ਚ ਕਰਨ ਲਿਆ ਇਹ ਸਰਪੰਚ ਆਪ ਪੈਸੇ ਖਾ ਗਿਆ ਸਾਰੇ ਪੈਸੇ ਖਾ ਕੇ ਤੇ ਹੁਣ ਆਖੀ ਜਾਂਦਾ ਕ ਅਕਾਲੀ ਦਲ ਨੇ ਕੁਝ ਨਹੀਂ ਬਣਾਇਆ ਅਕਾਲੀ ਦਲ ਨੇ 90% ਸੜਕਾਂ ਬਣਾਈਆਂ ਮੈਂ ਤੇ ਇੰਨਾ ਕੀ ਤੁੰਦਸਨ ਸਿੰਘ ਸਾਹ ਜੀ ਨਹੀਂ ਕਹਿਣਾ ਚਾਹੁੰਦੇ ਨਹੀਂ ਕਹਿਣਾ ਚਾਹੁੰਦੇ ਆ ਵੀ ਜੋ ਸਰਪੰਚ ਬੁਲਾਈਓ ਲਉਂਗਾ ਉਹ ਸਾਰੇ ਹੀ ਗਲਤ ਆ ਮਗਰੋਂ ਅਕਾਲੀ ਦਲ ਨੇ ਸਭ ਪਈਆਂ ਸੜਕਾਂ ਸਭ ਕੁਝ ਧਰਮਸਾਲਾਂ ਤੱਕ ਬਣਾਇਆ ਇਹਨੇ ਇੱਕ ਸਰਪੰਚ ਬਣਿਆ ਜਿੰਦਾ ਰੱਟਾ ਜਲਦਾ ਥਾਂ ਦਾ ਕਸ਼ਮੀਰ ਸਿੰਘ ਦਾ ਇੱਕ ਦੇ ਕਸ਼ਮੀਰ ਸਿੰਘ ਦੀ ਮੌਤ ਕਰਾਈਓ ਥਾਂ ਤੋਂ ਇੱਕ ਬਲਕਾਰ ਸਿੰਘ ਦਾ ਇਹਦਾ ਪੁੱਤ ਮਰਾਤਾ ਇਹਨੇ ਦੋ ਦੇ ਇਥੇ ਮੁਕਤੇ ਹੀ ਕਰਾ ਰਿਆ ਜੀ ਪਿੰਡ ਦੇ ਵਿੱਚ ਬੰਦੇ ਸਾਰੇ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਐ ਕੋੜ ਕਿ ਜੈਰੀਂ ਤੇ ਠੱਕੇ ਖਾਣੇ ਬੈਂਦੇ ਆ ਤੇ ਦੂਜਾ ਆ ਬਦਲਾਈ ਇਹਨੇ ਦੋ ਨਰੇਕਾ ਦੇ ਇਹਨੇ ਪੈਸੇ ਖਾਦੇ ਆ ਜਿਹੜੇ ਨਰੇਕਾ ਦੋ ਸਾਲ ਤੋਂ ਕੰਮ ਕਰਦੇ ਆਏ ਆ ਵਿਚਾਰੀਆਂ ਜਨਨੀਆਂ ਉਹਨਾਂ ਤੋਂ ਮੈਂ ਐਫਟੀ ਦੇ ਵੀ ਦਵਾ ਤੇ ਜਾ ਕੇ ਪਈ 20 25 ਦੇ ਵਿਜੀਲੈਂਸ ਤੋਂ ਅਸੀਂ 19 ਤੋਂ ਕੰਮ ਕਰ ਰਹੇ ਹਾਂ ਤੇ ਤੁਹਾਨੂੰ ਅਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਤੇ ਜੋ ਇਹਦੀ ਭਗਵੰਤ ਸਮਾਨਾ ਦਾ ਵੀ ਕੋਈ ਲੱਖ 2 ਲੱਖ ਦੀ ਕਬੜਾ ਕਰਕੇ ਮੈਨੂੰ ਦੱਸੇ ਅਸੀਂ 80 85 ਲੱਖ ਦਾ ਕਬੜਾ ਇਹਦਾ ਕੱਢਿਆ ਜੋ ਇਹ ਵਿਜੀਲੈਂਸ ਤੋਂ ਵੀ ਡੀਡੀਪੀਓ ਸਾਹਿਬ ਤੋਂ ਹੀ ਤਿੰਨ ਵਾਰਾਂ ਅਸੀਂ ਪੰਚਾਇਤ ਮੰਤਰੀ ਧਾਰੀ ਵਾਲ ਤੋਂ ਵੀ ਚੰਡੀਗੜ੍ਹ ਜਾ ਗਏ ਆ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਜੋ ਇਹਨਾਂ ਦੇ ਕਾਰਵਾਈ ਆਣ ਕੇ ਉੱਥੋਂ ਪ੍ਰਬੰਧ ਕਰਕੇ ਵੇਖ ਲੈ ਵੀ ਛੱਪੜੇ ਦੇ ਬਣੇ ਕਿੱਥੇ ਆ ਛੱਪੜੇ ਦੇ ਕੋਈ ਛੱਪੜ ਨਹੀਂ ਬਣਿਆ ਸਸਮਾਨ ਘਾੜ ਦਿਓ ਵੀਰ ਜੀ ਉਹ ਬੇਬੁਨਿਆਦ ਮਿੱਟੀ ਦੇ ਅਲੀਕੇਸ਼ਨ ਲਾਉਂਦਾ ਆ ਇਹ ਜਿਹੜਾ ਇਥੋਂ ਲੈ ਕੇ ਜਿੱਥੇ ਆਪਾਂ ਖੜੇ ਆ ਇਥੋਂ ਲਾ ਕੇ 6 6.5 ਲੱਖ ਰੁਪਈਆ ਲਾਗਤ ਲੱਗੀ ਆ ਮਿੱਟੀ ਪਾਉਣ ਦੀ ਜਿਹੜੀ ਸਾਡੇ ਪਿੰਡ ਵੱਲੋਂ ਮਤਲਬ ਮਿੱਟੀ ਪਾਈ ਗਈ ਆ ਗਰਾਹੀ ਕਰਕੇ ਉਹਦੇ ਵਿੱਚੋਂ ਪੰਚਾਇਤ ਦਾ ਪੈਸਾ ਇੱਕ ਨਹੀਂ ਵਰਤਿਆ ਇੱਕ ਵੀ ਰੁਪਈਆ ਵਰਤਿਆ ਹੋਵੇ ਤੇ ਆਪਾਂ ਦੇੰਦਾਰ ਆ ਮਿੱਟੀ ਜਿਹੜੀ ਲਈ ਹੋਈ ਆ ਸਾਡੇ ਪਿੰਡ ਦੇ ਵੀਰ ਮੇਜਰ ਸਿੰਘ ਜੇਈ ਇਹਨਾਂ ਦੇ ਪਰਿਵਾਰ ਦੀ ਜ਼ਮੀਨ ਆ ਇਹਨਾਂ ਦੀ ਸਾਰੀ ਪੱਤੀ ਦੀ ਜ਼ਮੀਨ ਸੀਗੀ ਇਹਨਾਂ ਨੇ ਮੁਖਤ ਪਿੰਡ ਦੇ ਸਾਂਝੇ ਕਾਰਜ ਵਾਸਤੇ ਫਰੀਜ ਮਿੱਟੀ ਦਿੱਤੀ ਤੇ ਇੱਥੇ ਜੀਸੀਬੀ ਲਾ ਕੇ ਇਥੋਂ ਅਸੀਂ ਮਿੱਟੀ ਚੋਕ ਕੇ ਤੇ ਇਹ ਰਸਤੇ ਤੇ ਪਾਈ ਆਏ ਬਿਲਕੁਲ ਝੂਠੇ ਤੇ ਬੇਬੁਨਿਆਦ ਐਲੀਕੇਸ਼ਨ ਲਾਉਂਦੇ ਆ ਦੂਜਾ ਐਲੀਕੇਸ਼ਨ ਲਾਉਂਦੇ ਆ ਛੱਪੜ ਦੇ ਪੈਸਿਆਂ ਦਾ 8 ਲੱਖ ਉਹ ਮਨਰੇਗਾ ਸਕੀਮ ਚ ਐਸਟੀਮੇਟ ਬਣਵਾਇਆ ਸੀ 8 ਲੱਖ ਦੇ 18000 ਦਾ ਉਹ ਇੱਕ ਵੀ ਰੁਪਇਆ ਜੇ ਨਿਕਲਿਆ ਹੋਵੇ ਅਸੀਂ ਦੇਂਦਾ ਰਹਾਂ ਜਿੰਨਾ ਕੰਮ ਹੋਇਆ ਵਾ ਉਹ ਉਨਾ ਹੋਇਆ ਤੁਹਾਡੇ ਸਾਹਮਣੇ ਬਾਕੀ ਸਾਰਾ ਰਹਿੰਦਾ ਵਾ ਪੈਸੇ ਵੀ ਖਾਤੇ ਦੇ ਵਿੱਚ ਆ ਕੋਈ ਇੱਕ ਵੀ ਰੁਪਇਆ ਕੋਈ ਕਹ ਦੇਵੇ ਵੀ ਵਰਤਿਆ ਕੱਢਿਆ ਤੇ ਅਸੀਂ ਦੇਂਦਾ ਰਹਾਂ ਗੱਲ